ਮੈਕਸਿਮਮ ਅਜ ਤੋ ਗਿਆ 65 ਕਿਜੀ ਕਾਫੀ ਟਾਈਮ ਪਹਿਲਾਂ ਇਹ ਹੈ ਗੈਸਲ 2018 ਦੀ ਤੇ ਹੁਣ ਕਿੰਨਾ ਹੁਣ ਮੇਰਾ ਮਸਲਸਾ ਹੀ 55 ਕਿਲੋ ਆਲ ਮਸਲ ਮਾਸ ਫੈਟ ਪਰਸੈਂਟੇਜ ਘਟਾਇਆ ਜਦੋਂ ਆਪਾਂ ਮੋਟੇ ਹੁੰਦੇ ਆਪਾਂ ਖਾਂਦੇ ਵੀ ਘਟਾ ਹੈ ਬੋਡੀ ਨੂੰ ਲੱਗਦਾ ਸਾਨੂੰ ਕੁਝ ਖਾਣ ਨੂੰ ਨਹੀਂ ਮਿਲਣਾ ਬੋਡੀ ਪਾਣੀ ਤੱਕ ਸਟੋਰ ਕਰਨ ਲੱਗ ਜਾਂਦੀ ਹੈ ਇਹਦੇ ਕਰਕੇ ਆਪਾਂ ਮੋਟੇ ਹੋ ਜਾਂਦੇ ਆ ਮੇਰਾ ਵੀ ਰੀਜ਼ਨ ਇਹ ਸੀ ਮੈਂ ਬ੍ਰੇਕਫਾਸਟ ਨਹੀਂ ਕਰਦੀ ਸੀ ਮੈਂ ਪੂਰੀ ਸਕੂਲ ਲਾਈਫ ਕਦੀ ਬ੍ਰੇਕਫਾਸਟ ਨਹੀਂ ਕੀਤਾ ਮੈਨੂੰ ਸਾਰੇ ਮੋਟੇ ਕਹਿੰਦੇ ਸੀ ਫੈਟ ਕਹਿੰਦੇ ਸੀ ਫੈਟਸੋ ਕਹਿੰਦੇ ਸੀ ਉਹ ਨਾਰਮਲ ਸੜਕਾਂ ਦੇ ਦੇਖ ਲਓ ਚਾਹੇ ਜਾ ਕੇ ਮਤਲਬ ਲੋਕੇ ਖੇਜੇ ਰਹਿੰਦੇ ਨੇ ਮੈਂ ਉਹ ਖੇਜ ਨੂੰ ਵੀ ਆਪਣੇ ਵਰਕਆਊਟ ਚ ਲਗਾਤਾ ਮਤਲਬ ਮੈਂ ਆਪਣੇ ਪੂਰੇ ਦਿਨ ਦੀ ਫ੍ਰਸਟ੍ਰੇਸ਼ਨ ਇਕੱਠੀ ਕਰਕੇ ਵਰਕਆਊਟ ਕਰਨਾ ਸ਼ੁਰੂ ਕਰਤਾ ਕਿ ਮੈਂ ਆਪਣਾ weight অলਮੋਸਟ 6 7 ਮਹੀਨੇ ਚ ਘਟਾਇਆ 65 ਤੋਂ 58 ਆਈ ਉਹ ਮੋਟੀਵੇਸ਼ਨ ਹੁੰਦੀ ਹੈ ਜਦੋਂ ਤੁਹਾਡਾ weight ਡ੍ਰੌਪ ਹੋ ਰਿਹਾ ਹੁੰਦਾ ਨਾ ਇਹ ਦੋਨੇ ਚੀਜ਼ਾਂ ਜੇ ਦੇਖਿਆ ਜਾਵੇ ਫਿਰ ਹੁੰਦਾ ਇਹ ਦੋਨੇ ਪ੍ਰੋਫੈਸ਼ਨ ਇਕੱਠੇ ਇਕੱਠੇ ਚੱਲੀ ਜਾ ਰਹੇ ਨੇ ਹਾਂ ਬਿਲਕੁਲ ਬਿਕਾਜ਼ ਦੇਖੋ ਇੱਕ ਮੇਰਾ ਲਾਈਫ ਸਟਾਈਲ ਹੈ ਜਿਹਨੂੰ ਕਹਿੰਦੇ ਨਾ ਮੇਰਾ ਰੂਟੀਨ ਹੈ ਮੇਰੀ ਜ਼ਿੰਦਗੀ ਹੈ ਮੈਂ ਐਕਸਟਰਾ ਕੁਝ ਮੈਨੂੰ ਨਹੀਂ ਫੀਲ ਹੋ ਰਿਹਾ ਆਈ ਡੋਨਟ نو ਲੋਕਾਂ ਨੂੰ ਲੱਗਦਾ ਹੋਗਾ ਮੈਂ ਵੀ ਮੈਂ ਜ਼ਿਆਦਾ ਮਿਹਨਤ ਕਰ ਰਹੀ ਮੈਨੂੰ ਲੱਗ ਰਿਹਾ ਅੱਜ ਮੈਂ ਕੁਝ ਨਹੀਂ ਕਰੀ ਕਾਰਡ ਇੱਕ লাইসেনਸਰ ਜਿਹਦੇ ਲਈ ਮੈਂ ਬਾਟ ਮੈਂਟ ਕਰਨੀ ਹਜੇ ਜਦੋਂ ਤੱਕ ਉਹ ਨਹੀਂ ਮਿਲ ਜਾਂਦਾ ਉਦੋਂ ਤੱਕ ਮੈਂ ਨਹੀਂ ਮੰਨ ਸਕਦੀ ਕਿ ਮੈਂ ਹਜੇ ਕੁਝ ਬਣੀ আর ਜਦੋਂ ਤੱਕ ਮੈਂ ਪ੍ਰੋ ਆਈਐਫਬੀ ਵੀ ਪ੍ਰੋ ਕਹਿੰਦੇ ਆ ਤਾਂ ਜਦੋਂ ਤੱਕ ਉਹ ਪ੍ਰੋ ਕਾਰਡ ਨਹੀਂ ਮਿਲਦਾ ਉਦੋਂ ਤੱਕ ਮੇਰੀ ਮੈਂਟ جاری ਰਹੇਗੀ ਕੰਪੀਟੀਸ਼ਨ ਲਈ ਫਸਟ ਸਟੈਪ ਇਹ ਹੁੰਦਾ ਕਿ ਪਹਿਲਾਂ ਘਰੋਂ ਸ਼ੁਰੂਆਤ ਹੁੰਦੀ ਹੈ ਆਪਣੀ ਲੋਕਾਂ ਦੀ ਤਾਂ ਬਾਅਦ ਚ ਹੁੰਦੀਆਂ ਨੇ ਕਮੈਂਟਿੰਗਾਂ ਪਰ ਜੇ ਕਮੈਂਟਿੰਗ ਤੋਂ ਪਹਿਲਾਂ ਮੈਂ ਗੱਲ ਕਰਾਂ ਵੀ ਜਦੋਂ ਘਰ ਇਹੇ ਚੀਜ਼ ਤੁਸੀਂ ਸ਼ੁਰੂ ਕਰੀਂ ਫੈਮਿਲੀ ਨੂੰ ਲੱਗਿਆ ਵੀ ਕੁੜੀ ਡਾਕਟਰ ਬੰਦੀ ਬੰਦੀ ਕਿਹੜੇ ਰਾਂ ਨੂੰ ਪੈ ਗਈਏ ਘਰ ਦੇ ਵਿੱਚ ਕੁਝ ਸੀ ਕਿ ਮੈਂ ਬਿਮਾਰ ਨਹੀਂ ਰਹਿੰਦੀ ਹੂੰ ਮੇਰਾ ਇਮਿਊਨ ਸਿਸਟਮ ਸਟਰੋਂਗ ਹੋ ਰਿਹਾ ਮੈਂ ਡਾਈਟ ਤੇ ਫੋਕਸ ਕੀਤਾ ਮੈਂ ਵਧੀਆ ਲੱਗਣ ਲੱਗੀ ਮੇਰੇ ਕਪੜੇ ਮੇਰੇ ਮਮਾ ਖੁਦ ਲਾ ਕੇ ਦਿੰਦੇ ਸੀ ਕਿ ਤੂੰ ਆ ਪਾਓ ਪਾਣਾ ਸੋ ਮੈਂ ਕਿ ਸਾਰਾ ਕੁਝ ਕੀਤਾ ਆਪੇ ਘਰ ਸੇ ਮਤਲਬ ਮੈਂ ਐਡਾ ਜਾਂਦੀ ਆ ਕਿ ਮੇਰੇ ਐਗਜ਼ਾਮਾਂ ਤੇ ਕਾਸਟਿਊਮ ਲਈ ਮੈਂ ਮੰਮਾ ਨੂੰ ਕਿਹਾ ਕਿ ਮੈਂ ਕਿਹਾ ਮੰਮਾ ਦੇਖੋ ਸਾਰਾ ਕੁਝ ਈਜ਼ੀਲੀ ਈਜ਼ੀਲੀ ਮੈਂ ਕਰ ਲਿਆ ਸਾਰਾ ਕੁਝ ਸੌਖਾ ਸੀ ਮੈਂ ਕਿਹਾ ਬਟ ਮੈਂ ਆਪ ਵੀ ਛੋਟੇ ਕਪੜੇ ਮੈਂ ਪਾ ਕੇ ਨਹੀਂ ਰਾਜੀ ਸੀ ਮੈਂ ਕਦੀ ਨਹੀਂ ਪਾਇਆ ਕਿ ਮੰਮਾ ਇੰਨੀ ਤਿਆਰੀ ਮ ਕੀਤੀ ਹੈ ਅੱਗੇ ਹੁਣ ਆਹ ਕਾਸਟਿਊਮ ਆ ਕਿ ਕਿਰੇ ਕਹਿੰਦੇ ਹੁਣ ਇੰਨੀ ਤਿਆਰੀ ਕੀਤੀ ਹੁਣ ਵਿੱਚ ਥੋੜੀ ਹਟਣਾ ਫਿਰ ਮਤਲਬ ਉਹ ਮੇਰੇ ਨਾਲ ਗਏ ਹਾਂ ਅਲਾਉ ਕਰਤਾ ਲਹਾਰ ਚੀਜ਼ ਜੁਣਾਨੇ ਬੈਕ ਸਟੇਜ ਤੋਂ ਲਾ ਕੇ ਫਰੰਟ ਤੇ ਕੀ ਰਿਸਪਾਂਸ ਕੀ ਹੈ ਲੋਕਾਂ ਦਾ ਤੁਸੀਂ ਮੰਨੋਗੇ ਕੋਈ ਗਲਤ ਨਹੀਂ ਬੋਲਦਾ ਬਲਕਿ ਜੇ ਤੁਸੀਂ ਨਾਰਮਲ ਸਟੇजेस ਵਗੈਰਾ ਤੇ ਜਾਓ ਲੋਕੀ ਕਮੈਂਡ ਕਰ ਰਹੇ ਹੁੰਦੇ ਬਟ ਸਾਡੀ ਬlesing ਹੈ ਬਾਡੀ ਬਿਲਡਿੰਗ ਕਿ ਤੁਹਾਨੂੰ ਉੱਥੇ ਇਹੋ ਜਿਹੇ ਕੱਪੜਿਆਂ 'ਚ ਵੀ ਕੋਈ ਗਲਤ ਨਜ਼ਰ ਨਾਲ ਨਹੀਂ ਦੇਖ ਲਾ ਬਲਕਿ ਤੁਹਾਨੂੰ ਅਪਰੀਸ਼ੀਏਟ ਕਰਦੇ ਕਿ ਤੁਸੀਂ ਬਹੁਤ ਵਧੀਆ ਲੱਗ ਰਹੇ ਸੀ ਸਟੇਜ ਤੇ ਮੈਮ ਤੁਸੀਂ ਮੁੰਡਾ ਕੋਈ ਤੁਸੀਂ ਮਸਜ ਬਣਾ ਰਹੇ ਹੋ ਮੁੰਡੇ ਵਾਹੋ ਜੇ ਫੇਕ ਆਈਡੀਆ ਬਣਾ ਕੇ ਤੁਹਾਨੂੰ ਮੈਸੇजेस ਕਰਦੇ ਆ ਤੇ ਮਤਲਬ ਮੈਨੂੰ ਲੱਗਦਾ ਕਿ ਉਹ ਡਰਪੋਕ ਨੇ ਕਿ ਉਹਨਾਂ ਕੋਲ ਇੰਨਾ ਜਿਗਰਾ ਨਹੀਂ ਹੈਗਾ ਕਿ ਉਹ ਆ ਕੇ ਮੂੰਹ ਤੇ ਗੱਲ ਕਰਨ ਕਿਉਂਕਿ ਮੈਨੂੰ ਲੱਗਦਾ ਕਿ ਫੇਸ ਟੂ ਫੇਸ ਗੱਲ ਕਰਕੇ ਉਸ ਚੀਜ਼ ਦਾ ਫੇਸ ਆਫ ਕਰੋ ਕੋਲ ਮੁੰਡਾ ਨਾ ਜਦੋਂ ਤੁਹਾਡੇ ਕੋਲ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਨਾਲੇ ਰੱਬ ਦੇ ਭਰੋਸਾ ਕਰਕੇ ਬਸ ਲੱਗ ਜਾ 100% ਆਪਣਾ ਦੋ ਕੋਈ ਵੀ ਚੀਜ਼ ਹੋਵੇ ਉਹਦਾ ਰਿਜ਼ਲਟ ਤੁਹਾਨੂੰ ਹਮੇਸ਼ਾ ਮਿਲੇਗਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਲੋਕ ਆਪਦੇ ਸਰੀਰ ਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਜਿੱਥੇ ਅੱਜ ਕੱਲ੍ਹ ਜਿੰਮ ਦੇ ਵਿੱਚ ਜਾਂਦੇ ਨੇ ਤਾਂ ਨਾਲ ਨਾਲ ਇਹ ਵੀ ਹੈ ਕਿ ਲੋਕ ਧਿਆਨ ਵੀ ਪਹਿਲਾਂ ਨਾਲੋਂ ਜ਼ਿਆਦਾ ਰੱਖਣਾ ਸ਼ੁਰੂ ਕਰ ਗਏ ਨੇਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਮ ਤੌਰ ਤੇ ਜਿਵੇਂ weight lifting 'ਚ ਦੇਖਦੇ ਹਾਂ, wrestling 'ਚ ਦੇਖਦੇ ਹਾਂ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਚੰਗੀ ਖੂਬਸੂਰਤ ਬੋਡੀ ਦੇ ਲਈ ਜਿਵੇਂ ਆਮ ਮੁਕਾਬਲੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਹੁਣ ਕੁੜੀਆਂ ਦਾ ਵੀ ਪਰਫਾਰਮੈਂਸ ਹੈ ਜਿਹੜੀ ਉਹ ਪਹਿਲਾਂ ਨਾਲੋਂ ਬਹੁਤ ਵਧੀਆ ਵੀ ਹੋ ਗਈ ਤੇ ਨਾਲ ਨਾਲ ਗੱਲ ਇਹ ਵੀ ਹੈ ਕਿ ਬਹੁਤ ਜ਼ਿਆਦਾ ਕੁੜੀਆਂ ਇਹਦੇ ਵਿੱਚ ਉਹਨੀਆਂ ਸ਼ੁਰੂ ਹੋ ਗਈਆਂ ਨੇ ਕਿਆ ਚੰਡੀਗੜ੍ਹ ਦੇ ਇੱਕ ਡੈਂਟਿਸਟ ਸਾਡੇ ਨਾਲ ਨੇ ਕਿ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਇਹਨਾਂ ਨੇ ਵੀ ਆਖਰਕਾਰ ਆਪਦਾ ਸ਼ੌਕ ਹੋ ਗਿਆ ਤੁਹਾਨੂੰ ਕਦੋਂ ਤੋਂ ਸ਼ੌਕ ਲੱਗਿਆ ਲੋਕਾਂ ਦੇ ਦੰਦ ਠੀਕ ਕਰਦੇ ਕਰਦੇ ਕਿ ਆਖਰ ਮੈਂ ਇਸ ਸਾਈਡ ਨੂੰ ਵੀ ਜਿਹੜਾ ਕਿ ਆਪਦੇ ਪਹਿਲਾਂ ਤਾਂ ਆਪਦੀ ਬੋਡੀ 'ਕੰਨੀ ਧਿਆਨ ਦੇਣਾ ਵੈਸੇ ਲੱਗੋ ਜਿਵੇਂ ਕਹਿੰਦੀ ਇਹ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਇੱਕ ਡਾਕਟਰ ਦਾ ਹਾਂਜੀ ਸਸ਼ਕਲ ਜੀ ਮੈਂ ਡਾਕਟਰ ਮਿੰਦੀਪ ਤੇ ਬਹੁਤ ਵਧੀਆ ਸਵਾਲ ਹੈ ਕਿ ਆਪਾਂ ਕਿਵੇਂ ਆਏ ਇਹ ਚੀਜ਼ ਵਿੱਚ ਕੀ ਦੇਖੋ ਜਦੋਂ ਜਦੋਂ ਤੁਸੀਂ ਇੱਕ ਫੀਮੇਲ ਹੁੰਦੇ ਹੋ ਨਾ ਤੁਹਾਨੂੰ ਬਹੁਤ ਸੋਸਾਇਟੀ ਬਹੁਤ ਗੰਦਾ ਫੀਲ ਕਰਾਉਂਦੀ ਹੈ ਕਿ ਤੁਹਾਡ ਤੁਸੀਂ ਮੋਟੇ ਹੋ ਤੁਸੀਂ ਫਿਰ ਤੁਹਾਨੂੰ ਆਪ ਨੂੰ ਵੀ ਫੀਲ ਹੋਣ ਲੱਗ ਜਾਂਦਾ ਕਿ ਬਾਡੀ ਸ਼ੇਮਿੰਗ ਤੇ ਚਲੋ ਚੱਲ ਰਹੀ ਹੈ ਫਿਰ ਤੁਹਾਨੂੰ ਹੁੰਦਾ ਕਿ ਆਪਾਂ ਫਿਟ ਨਹੀਂ ਕਰ ਰਹੇ ਉਹ ਚੀਜ਼ ਕਿ ਬਾਕੀ ਲੋਕ ਉਹਨਾਂ ਦੇ ਕੱਪੜੇ ਪਾ ਰਹੇ ਫਿਰ ਉਹ ਚੀਜ਼ ਮੈਂ ਕਰਦੇ ਕਰਦੇ ਫੈਟ ਟੂ ਫਿਟ ਤਾਂ ਹੋ ਗਈ ਫਿਰ ਮੈਨੂੰ ਲੱਗਿਆ ਕਿ ਹੁਣ ਐਕਸਟ੍ਰੀਮ ਆ ਚੁੱਕੇ ਆ ਕਿ ਆਪਾਂ ਲਾਈਫ ਸਟਾਈਲ ਵੀ ਆ ਹੋ ਜਾ ਜੀ ਰਹੇ ਆ ਫਿਰ ਆਪਾਂ ਖਾ ਪੀ ਵੀ ਉਧਰ ਆਇਆ ਫਿਰ ਵਾਈ ਨਾਟ ਸਟੇਜ ਫਿਰ ਮੈਨੂੰ ਸੁਣਨ ਚਾਇਆ ਕਿ ਕੰਪੀਟੀਸ਼ਨ ਵੀ ਹੁੰਦੇ ਆ ਉਹ ਜਿਹਨੂੰ ਬਾਡੀ ਬਿਲਡਿੰਗ ਦੇ ਕੰਪੀਟੀਸ਼ਨ ਕਹਿੰਦੇ ਹੁੰਦੇ ਨਾ ਕੰਪੀਟੀਸ਼ਨ ਹੁੰਦਾ ਤੇ ਨਾਲੇ ਉਹਦੇ ਵਿੱਚ ਕੁਝ ਸੀਗੇ ਪ੍ਰੋਸ ਐਂਡ ਕੌਨਸ ਜਿਹਦੇ ਲਈ ਮੈਨੂੰ ਲੱਗਿਆ ਮੈਂ ਚੈਲੰਜ ਲੈ ਕੇ ਜਾ ਸਕਦੀ ਹਾਂ ਉਸ ਚੀਜ਼ ਲਈ ਫਿਰ ਮੈਂ ਉਹ ਚੀਜ਼ ਵਾਰੇ ਪੜ੍ਹ ਕੇ ਤਿਆਰੀ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਇੰਨਾ ਵੀ ਮੁਸ਼ਕਿਲ ਨਹੀਂ ਹੈ ਮੇਰੇ ਲਈ ਇਹ ਜਿਹੜਾ ਤੁਸੀਂ ਕਿਹਾ ਫੈਟ ਟੂ ਫਿਟ ਹੋ ਗਈ ਤੇ ਪਹਿਲਾਂ ਕੀ ਵਜ਼ਨ ਜ਼ਿਆਦਾ ਸੀਗਾ ਹਾਂਜੀ ਬਿਲਕੁਲ ਮੇਰਾ weight ਮੈਕਸਿਮਮ ਅਜ ਤੋ ਗਿਆ 65 ਕਿਜੀ ਕਾਫੀ ਟਾਈਮ ਪਹਿਲਾਂ ਇਹ ਹੈਗੇ ਅਗਲ 2018 ਦੀ ਤੇ ਹੁਣ ਕਿੰਨਾ ਹੁਣ ਮੇਰਾ ਮਸਲ 52 ਕਿਲੋ ਆਲ ਮਸਲ ਮਾਸ ਫੈਟ ਪਰਸੈਂਟੇਜ ਘਟਾ ਪਰ ਇਹਦੀ ਚ ਜਿਵੇਂ ਇੱਕ ਚੀਜ਼ ਹੁੰਦੀ ਹੈ ਵੀ ਆਮ ਤੌਰ ਤੇ ਕੁੜੀਆਂ ਦਾ ਖਰ ਐਸੀ ਵੀ ਕਈ ਵਾਰ ਦੇਖਦੇ ਹੁੰਦੇ ਆਗੇ ਕਈਆਂ ਦਾ ਤਾਂ ਖਰ ਚਲੋ ਜਿਵੇਂ ਕਹਿੰਦੇ ਜੀ ਬਾਡੀ ਸਟਰਕਚਰ ਹਰ ਕਿਸੇ ਦਾ ਅਲੱਗ-ਅਲੱਗ ਹੈ ਜਿਵੇਂ ਕਹਿੰਦੇ ਲੀਟ ਹੈ ਹਰ ਕਿਸੇ ਦੀ ਅਲੱਗ-ਅਲੱਗ ਪਰ ਆਮ ਤੌਰ ਤੇ ਕੁੜੀਆਂ ਖਾਂਦੀਆਂ ਵੀ ਬਹੁਤ ਨੇ ਕਿਉਂ ਉਹਦੇ باوجود ਵੀ ਦੇਖੀ ਵੀ ਇਹ ਪ੍ਰਮਾਤਮਾ ਕਰਨੀ ਉਹ ਵੀ ਲੱਗਦਾ ਨਹੀਂ ਜਾਂ ਇਹ ਆਏ ਵੀ ਇੰਨਾ ਫਿਰ ਬਾਅਦ ਚ ਪਸੀਨਾ ਵਹਾਉਣਾ ਪੈਂਦਾ ਉਹੀ ਚੀਜ਼ ਹੈ ਦੇਖੋ ਮੇਰਾ ਵੀ ਇਹੀ ਪ੍ਰੋਬਲਮ ਸੀਗਾ ਜਿਹਨੂੰ ਕਹਿੰਦੇ ਨੇ ਨਾ ਮੈਟਾਬੋਲਿਜ਼ਮ ਇਸ਼ੂ ਹੁੰਦਾ ਹੂੰ ਤੇ ਮੈਟਾਬੋਲਿਕ ਰੇਟ ਨਾ ਹਰ ਕਿਸ ਦਾ ਅਲੱਗ-ਅਲੱਗ ਹੁੰਦਾ ਜਿਵੇਂ ਕਹਿੰਦੇ ਨਾ ਬੰਦਾ ਬਹੁਤ ਪਤਲਾ ਹੈ ਤੇ ਉਹ ਖਾਂਦਾ ਵੀ ਬਹੁਤ ਹੈ ਮਤਲਬ ਉਹਦਾ ਮੈਟਾਬੋਲਿਜ਼ਮ ਇੰਨਾ ਫਾਸਟ ਹੈ ਕਿ ਉਹਨੂੰ ਫਟਾਫਟ ਡਾਈਜੈਸਟ ਹੋ ਜਾਂਦਾ ਜਦੋਂ ਆਪਾਂ ਮੋਟੇ ਹੁੰਦੇ ਆਪਾਂ ਖਾਂਦੇ ਵੀ ਘੱਟ ਹੈ ਬੋਡੀ ਨੂੰ ਲੱਗਦਾ ਸਾਨੂੰ ਕੁਝ ਖਾਣ ਨੂੰ ਨਹੀਂ ਮਿਲਣਾ ਬੋਡੀ ਪਾਣੀ ਤੱਕ ਸਟੋਰ ਕਰਨ ਲੱਗ ਜਾਂਦੀ ਹੈ ਇਹਦੇ ਕਰਕੇ ਆਪਾਂ ਮੋਟੇ ਹੋ ਜਾਂਦੇ ਮੇਰਾ ਵੀ ਰੀਜ਼ਨ ਇਹ ਸੀ ਮੈਂ ਬ੍ਰੇਕਫਾਸਟ ਨਹੀਂ ਕਰਦੀ ਸੀ ਮੈਂ ਪੂਰੀ ਸਕੂਲ ਲਾਈਫ ਕਦੀ ਬ੍ਰੇਕਫਾਸਟ ਨਹੀਂ ਕੀਤਾ ਮੈਨੂੰ ਸਾਰੇ ਮੋਟੀ ਕਹਿੰਦੇ ਸੀ ਫੈਟ ਕਹਿੰਦੇ ਸੀ ਫੈਟਸੋ ਕਹਿੰਦੇ ਸੀ ਬਟ ਉਹਦਾ ਰ ਵੈਲਿਜ਼ਮ ਇਸ਼ੂ ਸੇਗਾ ਫਿਰ ਜਦੋਂ ਆਪਾਂ ਡਾਈਟ ਖਾਣੀ ਸ਼ੁਰੂ ਕਰਦੇ ਆਂ ਹਰ ਦੋ ਤਿੰਨ ਘੰਟੇ ਬਾਅਦ ਖਾਣੀ ਚਾਹੀਦੀ ਹੈ ਡਾਕਟਰਸ ਵੀ ਕਹਿੰਦੇ ਸਾਰੇ ਕਹਿੰਦੇ ਇਹ ਨੋਟਿਸ਼ੇਟੇ ਦਿੰਦਾ ਅਗਲਾ ਵੈਸੇ ਇਹ ਦੇਖਿਆ ਜਾਵੇ ਅਸੀਂ ਵੀ ਕਰਕੇ ਦੇਖਿਆ ਕਿਉਂਕਿ ਸਾਡੇ ਵੀ ਸਰੀਰ ਖਾਸੇ ਭਾਰੀ ਨੇਗੇ ਪਰ ਗੱਲ ਇਹ ਹੈ ਕਿ ਕਹਿੰਦਾ ਵੀ ਦੋ ਤਿੰਨ ਘੰਟੇ ਬਾਅਦ ਖਾਣਾ ਪਰ ਉਹਨੀ ਚੀਜ਼ ਫਿਰ ਵੀ ਕਿੱਥੇ ਡਾਈਜੈਸਟ ਹੁੰਦੀ ਹੈਗੀ ਬਟ ਉਹੀ ਹੈ ਨਾ ਕਿ ਖਾਣਾ ਕੀ ਉਹ ਮੈਟਰ ਕਰਦਾ ਹੈ ਉਹ ਦੇਖੋ ਖਾਣਾ ਹੈ 2-3 ਘੰਟੇ ਬਾਅਦ ਬਟ ਖਾਣਾ ਗਏ ਨਹੀਂ ਕਿ ਪਰੌਂਠਾ ਖਾ ਲਿਆ 1 ਵਜੇ ਫਿਰ ਤੁਸੀਂ ਦੁਬਾਰਾ 스ਨੈਕ ਕਰ ਰਹੇ ਹੋ 3-4 ਵਜੇ ਸੋ ਉਹ ਚੀਜ਼ ਹੈ ਤੇ ਉਸੇ ਚੀਜ਼ ਤੇ ਆਪਾਂ ਬੈਲੈਂਸ ਕਰਨਾ ਹੈ ਕਿ ਜਿਵੇਂ ਪਰੌਂਠੇ ਨਹੀਂ ਖਾਣੇ ਪਰੌਂਠਾ ਕਿਉਂਕਿ ਟਾਈਮ ਲੱਗੂਗਾ ਡਾਈਜੈਸਟ ਹੋਣ ਨੂੰ ਜਦੋਂ ਤੁਸੀਂ ਸਿੰਪਲ ਕਾਰਬਸ ਖਾਂਦੇ ਹੋ ਨਾ ਰਾਈਸ ਹੋਗੇ ਬ੍ਰੈਡ ਹੋਗੀ ਹਿਸਾਬ ਨਾਲ ਛੋਟੇ-ਛੋਟੇ ਮੀਲਸ 2-3 ਘੰਟੇ ਬਾਅਦ ਫਿਰ ਤੁਹਾਨੂੰ ਆਪਣੇ ਆਪ ਹੀ ਭੁੱਖ ਲੱਗਣ ਲੱਗ ਜਾਂਦੀ ਹੈ ਆਪ ਮਨਦੀਪ ਜੀ ਦੇਖੀ ਜਿਵੇਂ ਹੁਣ ਆਮ ਤੌਰ ਤੇ ਹਰ ਕਿਸੇ ਦਾ ਹੁੰਦਾ ਹੈ ਵੀ ਮੇਰੀ ਬਾਡੀ ਇਸ ਤਰ੍ਹਾਂ ਦਰਾਂ ਵਾਜੇ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਵੀ ਇੰਨਾ weight ਸੀਗਾ ਫਿਰ ਕਿੰਨਾ ਟਾਈਮ ਲੱਗਿਆ ਇਹਨੂੰ ਦੁਬਾਰੇ ਇਸ ਸ਼ੇਪ ਦੇ ਵਿੱਚ ਆਉਣ ਦੇ ਵਾਸਤੇ ਇੱਕ ਤਾਂ ਦੇਖੋ ਗੁੱਸਾ ਲੋਕਾਂ ਦਾ ਵੀ ਬਹੁਤ ਹੈ ਮੇਰੇ ਚ ਵੀ ਬਹੁਤ ਗੁੱਸਾ ਸੀ ਡਿਸਪਾਇੰਟਮੈਂਟ ਹੁੰਦੇ ਹਨ ਨਾ ਆਪਣੀ ਜ਼ਿੰਦਗੀ ਦੀ ਕਈ ਵਾਰੀ ਤੁਹਾਨੂੰ ਹੇ ਰਹਿੰਦਾ ਬੰਦਾ ਹਾਂ ਐਗਜ਼ੈਕਟਲੀ ਤੁਸੀਂ ਦੇਖੋ ਨਾਰਮਲ ਸੜਕਾਂ ਤੇ ਦੇਖ ਲਓ ਚਾਹੇ ਜਾ ਕੇ ਮਤਲਬ ਲੋਕ ਕਿੱਝੇ ਰਹਿੰਦੇ ਨੇ ਮੈਂ ਉਹ ਖੀਜ ਨੂੰ ਵੀ ਆਪਣੇ ਵਰਕਆਊਟ ਚ ਲਗਾਤਾ ਮਤਲਬ ਮੈਂ ਆਪਣੇ ਪੂਰੇ ਦਿਨ ਦੀ ਫਰਸਟ੍ਰੇਸ਼ਨ ਇਕੱਠੀ ਕਰਕੇ ਵਰਕਆਊਟ ਕਰਨਾ ਸ਼ੁਰੂ ਕਰਤਾ ਤੇ ਉਹਦੇ ਨਾਲ ਮੇਰਾ ਗੁੱਡ ਹਾਰਮੋਨਸ ਰਿਲੀਜ਼ ਹੋਣ ਲੱਗ ਗਏ ਐਂਡੋਰਫਿਨਸ ਵਗੈਰਾ ਡੋਪਾਮਿਨ ਵਗੈਰਾ ਹੈਨਾ ਉਹਦੇ ਨਾਲ ਕੀ ਹੁੰਦਾ ਕਿ ਇੱਕ ਸਟ੍ਰੈਸ ਘਟ ਜਾਂਦਾ ਬਾਡੀ ਦਾ ਉਹ ਬਾਡੀ ਆਪਣੇ ਆਪ ਹੀ ਮਤਲਬ ਤੁਸੀਂ ਖੁਸ਼ ਰਹਿਣ ਲੱਗ ਜਾਂਦੇ ਹੋ ਬਸ ਉਦਾਂ ਹੀ ਮੈਂ ਆਪਣੇ ਆਪ ਨੂੰ ਟਰਾਂਸਫਾਰਮ ਕੀਤਾ ਮੇਰਾ weight ਜੇ ਤੁਸੀਂ ਸਟ੍ਰੈਸ ਫੜ ਕੇ ਵੀ ਰੱਖਦੇ ਹੋ ਨਾ ਕਾਫੀ ਲੋਕ ਕੰਪਲੇਨ ਕਰਦੇ ਮੈਮ ਮੇਰਾ weight ਹੀ ਨਹੀਂ ਘਟ ਰਿਹਾ ਕਿਉਂ ਕਿ ਕਿ ਤੁਸੀਂ ਉਹਦਾ ਸਟ੍ਰੈਸ ਇਨਾ ਫੜਿਆ ਹੈ ਕਿ ਮੇਰਾ weight ਜ਼ਿਆਦਾ ਮੇਰਾ weight ਜ਼ਿਆਦਾ ਉਹ ਹਿਲੇਗਾ ਹੀ ਨਹੀਂ ਜਦੋਂ ਜਦੋਂ ਤੱਕ ਤੁਸੀਂ ਉਸ ਚੀਜ਼ ਤੋਂ ਆਪਣਾ ਸਟ੍ਰੈਸ ਹਟਾ ਕੇ ਫੋਕਸ ਨਹੀਂ ਨਾ ਵਧਾਉਂਦੇ ਉਹ ਤੁਹਾਨੂੰ ਕਦੀ ਖੁਸ਼ੀ ਨਹੀਂ ਦੇਗੀ ਕਦੀ ਉਹ ਰਿਜ਼ਲਟ ਨਹੀਂ ਦੇਣਗੇ ਬਸ ਉਦਾਂ ਹੀ ਮੈਂ ਆਪਣਾ weight অলਮੋਸਟ 6 7 ਮਹੀਨੇ ਚ ਘਟਾਇਆ 65 ਤੋਂ 58 ਆਈ ਉਹ ਮੋਟੀਵੇਸ਼ਨ ਹੁੰਦੀ ਹੈ ਜਦੋਂ ਤੁਹਾਡਾ weight ਡ੍ਰੌਪ ਹੋ ਰਿਹਾ ਹੁੰਦਾ ਨਾ ਫਿਰ ਤੁਹਾਨੂੰ ਹੁੰਦਾ ਕਿ ਤੁਸੀਂ ਫੈਟ ਲਾਸ ਤਾਂ ਕਰ ਰਿਹਾ ਹੁਣ ਅੱਗੇ ਕੀ ਫਿਰ ਆਉਂਦਾ ਮਸਲ ਬਿਲਡਿੰਗ ਇਹ ਚੀਜ਼ਾਂ ਤੁਸੀਂ ਇਕੱਠੇ ਨਹੀਂ ਕਰ ਸਕਦੇ ਇਹ ਬਹੁਤ ਵੱਡੀ ਮਿਥ ਹੈ ਕਿ ਤੁਸੀਂ ਫੈਟ ਲੌਸ ਵੀ ਕਰਨਾ ਹੈ ਤੁਸੀਂ ਮਸਲ ਮੇਨਟੇਨ ਵੀ ਕਰਨਾ ਹੈ ਮਸਲ ਮਾਸ ਗੇਨ ਵੀ ਕਰਨਾ ਹੈ ਫੈਟ ਲੌਸ ਦੇ ਦੌਰਾਨ ਤੁਸੀਂ ਇੱਕ ਮਸਲ ਮੇਨਟੇਨ ਕਰ ਸਕਦੇ ਹੋ ਬਟ ਤੁਸੀਂ ਗੇਨ ਨਹੀਂ ਕਰ ਸਕਦੇ ਉਹਦਾ ਪ੍ਰੋਸੀਜਰ ਆਫਟਰ ਫੈਟ ਲੌਸ ਹੈ ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡਾ ਮਸਲ ਮਾਸ ਕਿੰਨਾ ਹੈ ਕਿੱਦਾਂ ਹੈ ਉਹਦੇ ਤੇ ਫਿਰ ਤੁਸੀਂ ਵਰਕ ਕਰਦੇ ਹੋ ਐਟ ਆਂਡ ਮੰਦੀਪ ਜਦੋਂ ਇਹ ਜੇ ਕਿਏ ਕਿ ਇੱਕ ਜਦੋਂ ਤੁਸੀਂ ਪਹਿਲਾਂ ਡਾਈਟੇਸ਼ਨ ਬਣਨ ਵਾਸਤੇ ਆਪਦੀ ਤਿਆਰੀ ਕਰੀ ਉਸ ਤੋਂ ਬਾਅਦ ਦੇ ਵਿੱਚ ਇੱਕ ਪੜਾਅ ਵੇ ਇਹ ਸੀਗਾ ਕਿ ਜਦੋਂ ਹੁਣ ਪੂਰੀ ਬਾਡੀ ਤੇ ਧਿਆਨ ਦਿੱਤਾ ਤੇ ਇੱਕ ਬਾਡੀ ਦੇ ਤੌਰ ਤੇ ਵੀ ਪਹਿਚਾਨ ਤੁਹਾਡੀ ਬਣ ਗਈ ਹੈ ਇਹ ਦੋਨੇ ਚੀਜ਼ਾਂ ਜੇ ਦੇਖਿਆ ਜਾਵੇ ਫਿਰ ਹੁਣ ਤਾਂ ਇਹ ਦੋਨੇ profession ਇਕੱਠੇ ਇਕੱਠੇ ਚੱਲੀ ਜਾ ਰਹੇ ਨੇ ਹਾਂ ਬਿਲਕੁਲ ਬਿਕੋਸ ਦੇਖੋ ਇੱਕ ਮੇਰਾ ਲਾਈਫ ਸਟਾਈਲ ਹੈ ਜਿਹਨੂੰ ਕਹਿੰਦੇ ਨਾ ਮੇਰਾ ਰੂਟੀਨ ਹੈ ਮੇਰੀ ਜ਼ਿੰਦਗੀ ਮੈਂ ਕੁਝ ਨਹੀਂ ਕਰ ਰਹੀ ਐ ਐਕਸਟਰਾ ਕੁਝ ਮੈਨੂੰ ਨਹੀਂ ਫੀਲ ਹੋ ਰਿਹਾ ਆਈ ਡੋਨਟ ਨੋ ਲੋਕਾਂ ਨੂੰ ਲੱਗਦਾ ਹੋਗਾ ਮੇਬੀ ਮੈਂ ਜ਼ਿਆਦਾ ਮਿਹਨਤ ਕਰ ਰਹੀ ਮੈਨੂੰ ਲੱਗ ਰਿਹਾ ਜਿਵੇਂ ਮੈਂ ਕੁਝ ਨਹੀਂ ਕਰੀ ਕਿਉਂਕਿ ਡੈਂਟਿਸਟਰੀ ਮੇਰਾ profession ਹੈ ਜਿੱਦੀ ਮੈਂ ਪੜਾਈ ਕੀਤੀ ਐ ਮੈਂ ਡਿਗਰੀ ਕੀਤੀ ਐ ਉਦਾਂ ਹੀ ਡਿਗਰੀ ਤੋਂ ਬਾਅਦ ਲਾਇਸੈਂਸ ਮਿਲਦਾ ਪ੍ਰੈਕਟਿਸ ਕਰਨ ਦਾ ਉਦਾਂ ਹੀ ਬੋਡੀ ਬਿਲਡਿੰਗ ਚ ਪ੍ਰੋ ਕਾਰਡ ਇੱਕ ਲਾਇਸੈਂਸ ਹੈ ਜਿਹਦੇ ਲਈ ਮੈਂ ਬਹੁਤ ਮਿਹਨਤ ਕਰਨੀ ਹੈ ਹਜੇ ਜਦੋਂ ਤੱਕ ਉਹ ਨਹੀਂ ਮਿਲ ਜਾਂਦਾ ਉਦੋਂ ਤੱਕ ਮੈਂ ਨਹੀਂ ਮੰਨ ਸਕਦੀ ਕਿ ਮੈਂ ਹਜੇ ਕੁਝ ਬਣੀ ਆ ਜਦੋਂ ਤੱਕ ਮੈਂ ਪ੍ਰੋ ਆਈਐਫਬੀਬੀ ਪ੍ਰੋ ਕਹਿੰਦੇ ਆ ਜਦੋਂ ਤੱਕ ਉਪਰੋਕਾਰ ਨਹੀਂ ਮਿਲਦਾ ਹੁਦੋਂ ਤੱਕ ਮੇਰੀ ਮਿਹਨਤ ਜਾਰੀ ਰਹੇਗੀ ਕੰਪੀਟੀਸ਼ਨ ਲਈ ਫਿਰ ਉਸ ਤੋਂ ਬਾਅਦ ਮੈਂ ਇੱਕ ਲੌਂਗ ਬ੍ਰੇਕ ਲੈ ਕੇ ਅਗਲਾ ਪ੍ਰੋਸੋ ਖੇਡਾਂਗੇ ਮਤਲਬ ਮੇਨ ਹਜੇ ਪਹੁੰਚਣਾ ਆਪਾਂ ਪਰ ਜੇ ਹੁਣ ਆਜੀਏ ਨਜ਼ਰੀਏ ਦੀ ਗੱਲ ਆ ਫਸਟ ਸਟੈਪ ਇਹ ਹੁੰਦਾ ਕਿ ਪਹਿਲਾਂ ਘਰੋਂ ਸ਼ੁਰੂਆਤ ਹੁੰਦੀ ਹੈ ਆਪਣੀ ਲੋਕਾਂ ਦੀ ਤਾਂ ਬਾਅਦ ਚ ਹੁੰਦੀਆਂ ਨੇ ਕਮੈਂਟਿੰਗਾਂ ਪਰ ਜੇ ਕਮੈਂਟਿੰਗ ਤੋਂ ਪਹਿਲਾਂ ਮੈਂ ਗੱਲ ਕਰਾਂ ਵੀ ਜਦੋਂ ਘਰ ਇਹ ਚੀਜ਼ ਤੁਸੀਂ ਸ਼ੁਰੂ ਕਰੀ ਫੈਮਿਲੀ ਨੂੰ ਲੱਗਿਆ ਵੀ ਕੁੜੀ ਡਾਕਟਰ ਬੰਦੀ ਬੰਦੀ ਕਿਹੜੇ ਰਾਂ ਨੂੰ ਪੈ ਗਈ ਹੈ ਦੇਖੋ ਪਹਿਲਾਂ ਜਦੋਂ ਮੈਂ ਜਿਮ ਜਾਣਾ ਸ਼ੁਰੂ ਕੀਤਾ ਉਹ ਉਹਦੇ ਲਈ ਸੀ ਕਿ ਮੇਰਾ ਇਮਿਊਨ ਸਿਸਟਮ ਵੀਕ ਸੀ ਮੈਂ ਬਿਮਾਰ ਰਹਿੰਦੀ ਸੀ ਮੇਰੀ 슬ੀਪ ਸਾਈਕਲ ਇਨਸੋਮਨੀਆ ਕਹਿੰਦੇ ਨਾ ਜਿਵੇਂ ਇਨਸੋਮਨੀਆਕ ਸੀਗੀ ਮੈਂ ਮੈਨੂੰ ਨੀਂਦ ਆਣ ਦੀ ਬਿਮਾਰੀ ਮਤਲਬ ਨੀਂਦ ਨਹੀਂ ਆਂਦੀ ਸੀ ਸਟ्रेस ਓਵਰ ਥਿੰਕਿੰਗ ਕਰਦੀ ਸੀ ਫਿਰ ਉਹ ਚੀਜ਼ ਮੈਂ ਆਪਣੇ ਆਪ ਨੂੰ ਸੋਚਿਆ ਕਿ ਸ਼ਾਮ ਨੂੰ ਜਿਮ ਜਾ ਕੇ ਨਾ ਥੱਕ ਜਾਵਾਂ ਜਦੋਂ ਬੰਦੇ ਨੂੰ ਨੀਂਦ ਆ ਜਾਵੇ ਫਿਰ ਉਹ ਚੀਜ਼ ਕਰਦੇ 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 ਵੀ ਖੁਸ਼ੀ ਕਿ ਮੈਂ ਬਿਮਾਰ ਨਹੀਂ ਰਹਿੰਦੀ ਹੂੰ ਮੇਰਾ ਇਮਿਊਨ ਸਿਸਟਮ ਸਟਰੋਂਗ ਹੋ ਰਿਹਾ ਹੈ ਮੈਂ ਡਾਈਟ ਤੇ ਫੋਕਸ ਕੀਤਾ ਮੈਂ ਵਧੀਆ ਲੱਗਣ ਲੱਗੀ ਮੇਰੇ ਕਪੜੇ ਮੇਰੇ ਮम्मा ਖੁਦ ਲਾ ਕੇ ਦਿੰਦੇ ਸੀ ਕਿ ਤੂੰ ਆਪ ਆਓ ਪਾਣਾ ਤੇ ਫਿਰ ਉਹ ਕਰਦੇ ਕਰਦੇ ਮੈਨੂੰ ਲੱਗਾ ਕਿ ਨਹੀਂ ਇਹ ਚੀਜ਼ ਮੈਨੂੰ ਬਹੁਤ ਅੱਗੇ ਲੈ ਕੇ ਜਾਏਗੀ ਮੈਨੂੰ ਥੋੜਾ ਇਹਦੇ ਤੇ ਵਰਕ ਕਰਨਾ ਚਾਹੀਦਾ ਫਿਰ ਜਦੋਂ ਹਾਂ ਪਹਿਲੀ ਜਦੋਂ ਤਿਆਰੀ ਕੀਤੀ ਉਦੋਂ ਮੈਂ ਕਿਹਾ ਮम्मा ਯਾਰ ਸਾਰਾ ਕੁਝ ਤਾਂ ਸੇਮ ਹੈ ਥੋੜਾ ਕੰਪੀਟੀਸ਼ਨ ਕਰਕੇ ਦੇਖਦੇ ਆ ਤੇ ਉਦੋਂ ਤੱਕ ਤਾਂ ਉਹ ਐਗਰੀ ਸੀਗੇ ਬਿਕੋਜ਼ ਫਸਟ ਆਫ ਆਲ ਮੈਕਰ ਉਹ ਕਦੀ ਪੈਸੇ ਨਹੀਂ ਮੰਗੇ ਉਹ ਇੱਕ ਪੁਆਇੰਟ ਪਲੱਸ ਹੁੰਦਾ ਤੁਹਾਡਾ ਜੇ ਤੁਸੀਂ ਕੁਝ ਜ਼ਿਆਦਾ ਡਿਮਾਂਡਿੰਗ ਨਹੀਂ ਹੁੰਦੇ ਹੈਨਾ ਫਿਰ ਉਸ ਤੋਂ ਬਾਅਦ ਦੂਸਰੀ ਚੀਜ਼ ਸੀ ਕਿ ਸਾਰੀ ਤਿਆਰੀ ਤੋਂ ਬਾਅਦ ਕੋਸਟਿਊਮ ਲੈ ਕੇ ਕਨਵਿੰਸ ਕਰਨਾ ਪੈਰੈਂਟਸ ਨੂੰ ਫੋਰਚੂਨੇਟਲੀ ਇਹ ਬਹੁਤ ਵੱਡਾ ਇੱਕ ਮਾਈਂਡਸੈਟ ਉਹ ਕਰਨਾ ਪੈਂਦਾ ਹੈ ਕਿਉਂਕਿ ਤੁਸੀਂ ਐਨੇ ਲੋਕਾਂ ਦੇ ਮੂਹਰੇ ਪ੍ਰੈਜ਼ੈਂਟ ਹੋਣਾ ਤੇ ਤੁਸੀਂ ਉਸ ਡਰੈਸ ਦੇ ਵਿੱਚ ਕਿਉਂਕਿ ਆਮ ਤੌਰ ਤੇ ਜਿਹੜੀ ਧਾਰਨਾ ਬਣੀ ਹੋਈ ਆ ਉਹਨਾਂ ਦਾ ਉਹਦੇ ਵਿੱਚ ਇਹ ਹੁੰਦਾ ਵੀ ਠੀਕ ਹੈ ਅੱਜ ਦਾ ਸਮਾਂ ਬਹੁਤ ਬਦਲ ਗਿਆ ਪਰ ਫਿਰ ਵੀ ਅੱਜ ਵੀ ਫੈਮਿਲੀਜ਼ ਦੀ ਧਾਰਨਾ ਇਹ ਹੈ ਵੀ ਜੇ ਇਹ ਡਰੈਸ ਪਾਉਣੀ ਆ ਤਾਂ ਤੁਸੀਂ ਜਾਂ ਤਾਂ ਆਪਣੇ ਘਰ ਹੀ ਕਹਿੰਦਾ ਮਤਲਬ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਹੋ ਪਰਿਵਾਰ ਵੀ ਤੁਹਾਡੇ ਹਸਬੰਡ ਹੋਣ ਪਰ ਉਸ ਤੋਂ ਬਾਅਦ ਜਦੋਂ ਲੋਕਾਂ ਮੂਰੇ ਪ੍ਰੈਜੈਂਟ ਕਰਨਾ ਤਾਂ ਉੱਥੇ ਨਹੀਂ ਹੋਣਾ ਚਾਹੀਦਾ ਹਾਂਜੀ ਚਲੋ ਹਸਬੰਡ ਤੱਕ ਤਾਂ ਅਜੇ ਗੱਲ ਪਹੁੰਚੀ ਨਹੀਂ ਮੇਰੀ ਹਸਾਬ ਨਾਲ ਕਿਹਾ ਨਾ ਜਿਹੜੀ ਕਾਸਟਿਊਮ ਹੈਗੀ ਘਰ ਦੀ ਘਰ ਦੀ ਜੇ ਗੱਲ ਕਰੀਏ ਸਟੇਜ ਤੇ ਉਹਦਾ ਵੀ ਜਾਣਾ ਬਹੁਤ ਮੁਸ਼ਕਿਲ ਹੈ ਜਦੋਂ ਤੁਸੀਂ ਨਾਰਮਲ ਵੀ ਹੋ ਕਿ ਫੇ ਲੋਕਾਂ 'ਚ ਬੋਲ ਲੈਂਦਾ ਨਹੀਂ ਹੁੰਦਾ ਕੰਫੀਡੈਂਸ ਬਟ ਮੈਂ ਕੌਨਫੀਡੈਂਸ ਜੇ ਮੇਰੇ ਜਫੇਰ ਵੀ ਹੈ ਨਾ ਤਾਂ ਵੀ ਮੈਨੂੰ ਹੁੰਦਾ ਕਿ ਆਪਾਂ ਸਾਰਾ ਕੁਝ ਕੀਤਾ ਹੈ ਕਿ ਆਪਾਂ ਬੋਰਡ ਇਗਜ਼ਾਮ ਦਿੱਤੇ ਫਿਫਥ ਨਹੀਂ ਸੀਗੀ ਮੇਰੀ ਬੋਰਡ 8th 10th 12th ਮੈਂ ਸਾਰੇ ਬੋਰਡ ਇਗਜ਼ਾਮ ਦਿੱਤੇ ਇਵਨ ਯੂਨੀਵਰਸਿਟੀ ਦੇ ਟਾਈਮ ਤੇ ਸਾਡੇ ਇਗਜ਼ਾਮ ਵੀ ਦੂਜੇ ਕਾਲਜ ਹੁੰਦੇ ਸੀ ਸੋ ਮੈਂ ਕਿ ਸਾਰਾ ਕੁਝ ਕੀਤਾ ਆਪਾਂ ਇੱਕ ਹੋਰ ਸੇ ਮਤਲਬ ਮੈਂ ਐਦਾ ਜਾਂਦੀ ਕਿ ਮੇਰੇ ਇਗਜ਼ਾਮ ਹੈ ਤੇ ਕਾਸਟਿਮ ਲਈ ਮੈਂ ਮੰਮਾ ਨੂੰ ਕਿਹਾ ਕਿ ਮੈਂ ਕਿ ਮਮਾ ਦੇਖੋ ਸਾਰਾ ਕੁਝ ਈਜ਼ੀਲੀ ਈਜ਼ੀਲੀ ਮੈਂ ਕਰ ਲਿਆ ਸਾਰਾ ਕੁਝ ਸੌਖਾ ਸੀ ਮੈਂ ਕਿ ਬਟ ਮੈਂ ਆਪ ਵੀ ਛੋਟੇ ਕਪੜੇ ਮੈਂ ਪਾ ਕੇ ਨਹੀਂ ਰਾਜ਼ੀ ਸੀ ਮੈਂ ਕਦੀ ਨਹੀਂ ਇੱਕ ਪਰਵਰਿਸ਼ ਹੁੰਦੀ ਹੈ ਨਾ ਕਿ ਤੁਹਾਨੂੰ ਮਹਾਲ ਓਦਾਂ ਦਾ ਮਿਲਿਆ ਜਾਂ ਤੇ ਮੈਨੂੰ ਮਹਾਲ ਓਦਾਂ ਦਾ ਮਿਲਿਆ ਕਿ ਆਪਾਂ ਕਦੀ ਕੋਸ਼ਿਸ਼ ਵੀ ਨਹੀਂ ਕੀਤੀ ਠੀਕ ਹੈ ਕਈ ਵਾਰੀ ਮਾਈ ਪੇਰੈਂਟਸ ਯੂਸ ਟੂ ਟੈਲ ਮੀ ਕਿ ਹਾਂ ਤੁਸੀਂ ਪਾ ਲੋਆਂ ਕੁਝ ਵੀ ਕਿਸੇ ਦਾ ਡਰੈਸ ਕੋਡ ਹੁੰਦਾ ਜਿਵੇਂ ਸਕੂਲ ਯੂਨੀਫਾਰਮਸ ਹੁੰਦੀਆਂ ਉਹ ਤਾਂ ਤੁਸੀਂ ਚੇਂਜ ਨਹੀਂ ਕਰ ਸਕਦੇ ਫਿਰ ਮੈਂ ਮਤਲਬ ਮੈਨੂੰ ਲੱਗਦਾ ਕਿ ਕਈ ਵਾਰੀ ਆਪਾਂ ਆਪ ਆਪਣੇ ਦਿਮਾਗ 'ਚ ਸੋਚ ਕੇ ਨਾ ਓਵਰਥਿੰਕ ਕਰਕੇ ਸਵਾਲ ਨਹੀਂ ਪੁੱਛਦੇ ਬਟ ਮੈਂ ਪੁੱਛ ਲਿਆ ਕਿ ਮੰਮਾ ਇੰਨੀ ਤਿਆਰੀ ਮੈਂ ਕੀਤੀ ਆ ਅੱਗੇ ਹੁਣ ਆਹ ਕਾਸਟਿਊਮ ਆ ਕੀ ਕਰੀਏ ਕਹਿੰਦੇ ਹੁਣ ਨਹੀਂ ਤਿਆਰੀ ਕੀਤੀ ਉਹਨਾਂ ਪਿੱਛੇ ਥੋੜੀ ਹਟਣਾ ਫਿਰ ਮਤਲਬ ਉਹ ਮੇਰੇ ਨਾਲ ਗਏ ਹਾਂ ਅਲਾਉ ਕਰਤਾ ਫਿਰ ਜਦੋਂ ਮੈਂ ਗਈ ਮੈਂ ਇੰਜੋਏ ਕੀਤਾ ਸਾਰਾ ਸਟੇਜ ਲਾਈਫ ਸਾਰਾ ਬੈਕਸਟੇਜ ਮੰਮਾ ਵੀ ਮੇਰੇ ਨਾਲ ਸੀ ਉਹਨਾਂ ਨੇ ਸਾਰਾ ਐਕਸਪੀਰੀਅੰਸ ਕੀਤਾ ਐਥਲੀਟਸ ਦੇਖੇ ਆਡੀਅנס ਦੇਖੀ ਮਤਲਬ ਹਰ ਚੀਜ਼ ਜੁਨਾ ਨੇ ਬੈਕਸਟੇਜ ਤੋਂ ਲੈ ਕੇ ਫਰੰਟ ਤੇ ਕੀ ਰਿਸਪਾਂਸ ਕੀ ਲੋਕਾਂ ਦਾ ਤੁਸੀਂ ਮੰਨੋਗੇ ਕੋਈ ਗਰਲ ਚ ਨਹੀਂ ਬੋਲਦੇ ਬਲਕਿ ਜੇ ਤੁਸੀਂ ਨਾਰਮਲ ਸਟੇਜਸ ਵਗੈਰਾ ਤੇ ਜਾਓ ਲੋਕੀ ਕਮੈਂਟ ਕਰ ਰਹੇ ਹੁੰਦੇ ਬਟ ਸਾਡੀ ਬਲੇਸਿੰਗ ਹੈ ਬੋਡੀ ਬਿਲਡਿੰਗ ਕਿ ਤੁਹਾਨੂੰ ਉੱਥੇ ਅਹੋ ਜੇ ਕੱਪੜਿਆਂ 'ਚ ਵੀ ਕੋਈ ਗਲਤ ਨਜ਼ਰ ਨਾਲ ਨਹੀਂ ਦੇਖ ਲਾ ਬਲਕਿ ਤੁਹਾਨੂੰ ਅਪਰੀਸ਼ੀਏਟ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਲੱਗ ਰਹੇ ਸੀ ਸਟੇਜ ਤੇ ਮੈਮ ਸਾਰਿਆਂ ਕੇ ਸ਼ਾਇਦ ਜ਼ਿਆਦਾ ਕੁੜੀਆਂ ਇਸੇ ਲਈ ਨਹੀਂ ਅੱਗੇ ਆਉ ਪਉਂਦੀਆਂ ਹੈਗੀਆਂ ਕਿਉਂਕਿ ਜੀ ਤਾਂ ਬਹੁਤ ਦਾ ਕਰਦਾ ਹੋਊਗਾ ਇਹ ਫੈਮਿਲੀ ਪ੍ਰੈਸ਼ਰਸ ਕਾ ਲਈ ਜਾਂ ਕਈਆਂ ਦਾ ਆਪ ਦਾ ਕੌਨਫੀਡੈਂਸ ਨਹੀਂ ਹੁੰਦਾ ਹੋਣਾ ਵੀ ਨਹੀਂ ਆਉਂਦੀ ਆਉਣੀ ਅੱਗੇ ਮੈਨੂੰ ਲੱਗਦਾ ਫੈਮਿਲੀਜ਼ ਬਹੁਤ ਐਡਵਾਂਸ ਹੋ ਚੁੱਕੀਆਂ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਕਿ ਕੁੜੀਆਂ ਪਰਸਨਲ ਕਮੈਂਟਸ ਤੇ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀ ਜਾਂਦੀਆਂ ਮੈਂ ਵੀ ਫੇਸ ਕੀਤਾ ਇੱਕ ਟਾਈਮ ਹੁੰਦਾ ਜਦੋਂ ਤੁ ਤੁਹਾਨੂੰ ਕਹਿੰਦੇ ਕਿ ਤੁਸੀਂ ਮੁੰਡਾ ਹੋ ਕੋਈ ਤੁਸੀਂ ਮਸਲ ਬਣਾ ਰਹੇ ਹੋ ਮੁੰਡੇ ਵੀ ਇਹੋ ਜਿਹੇ ਫੇਕ ਆਈਡੀਆ ਬਣਾ ਕੇ ਤੁਹਾਨੂੰ ਮੈਸੇजेस ਕਰਦੇ ਆ ਤੇ ਮਤਲਬ ਮੈਨੂੰ ਲੱਗਦਾ ਹੈ ਕਿ ਉਹ ਡਰਪੋਕ ਨੇ ਕਿ ਉਹਨਾਂ ਕੋਲ ਇੰਨਾ ਜਿਗਰਾ ਨਹੀਂ ਹੈਗਾ ਕਿ ਉਹ ਆ ਕੇ ਮੂੰਹ ਤੇ ਗੱਲ ਕਰਨ ਕਿਉਂਕਿ ਮੈਨੂੰ ਲੱਗਦਾ ਹੈ ਕਿ ਫੇਸ ਟੂ ਫੇਸ ਗੱਲ ਕਰਕੇ ਉਸ ਚੀਜ਼ ਦਾ ਫੇਸ ਆਫ ਕਰੋ ਤੇ ਹੁਣ ਮੈਂ ਸਦੀ ਧਮਕੀ ਵਾਲਾ ਕੰਮ ਜਆ ਵੀ ਕਰਦਾ ਨੇ ਨਾਲ ਹੀ ਹੈ ਨਾ ਕਿ ਤੁਸੀਂ ਮਤਲਬ ਲੇਕਨ ਕਿ ਾਕਿਫ ਕਈ ਵਾਰੀ ਕਨਵਰਸੇਸ਼ਨ ਇੱਕ ਆਰਗੂਮੈਂਟ ਹੁੰਦਾ ਹੈ ਇਟਸ ਅ ਹੈਲਥੀ ਡਿਬੇਟ ਉਹ ਲੋਕ ਇਹ ਨਹੀਂ ਕਰਦੇ ਆਫੈਂਡ ਹੋ ਜਾਂਦੇ ਬਟ ਮੈਨੂੰ ਲੱਗਦਾ ਹੈ ਕਾਫੀ ਲੋਕ ਇਹ ਚੀਜ਼ ਕਰਕੇ ਸੋਸ਼ਲ ਮੀਡੀਆ ਤੇ ਕਮੈਂਟ ਜਿਹੜੇ ਆਂਦੇ ਆ ਡਿਪਰੈਸ਼ਨ 'ਚ ਚਲੇ ਜਾਂਦੇ ਆ ਤਾਂ ਇਹ ਤੁਸੀਂ ਦੇਖੋਗੇ ਕਾਫੀ ਲੋਕ ਆਪਣਾ ਲੋਕ ਹੀ ਰਹਿਣਾ ਪਸੰਦ ਕਰਦੇ ਆ ਅਪਡੇਟ ਨਹੀਂ ਕਰਦੇ ਜ਼ਿਆਦਾ ਸੋਖਰ ਸਾਨੂੰ ਸਿੱਖ ਲੈਣਾ ਚਾਹੀਦਾ ਸੀ ਕਮੈਂਟ ਪੜ੍ਹਦੀ ਨਹੀਂ ਹੈਗੇ ਹਾਂਜੀ ਮਤਲਬ ਅਸੀਂ ਦੇਖਦੀ ਨਹੀਂ ਹੈਗੇ ਕਿ ਤੇ ਮੇਰੇ ਮੰਮਾ ਨੇ ਮੈਨੂੰ ਇੱਕ ਚੀਜ਼ ਸਿਖਾਈ ਆ ਪਬਲਿਕ ਅਕਾਊਂਟ ਹੈ ਤਾਂ ਮਤਲਬ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਟਾਰਗੇਟ ਕਰਨਗੇ ਉਸ ਚੀਜ਼ ਨੂੰ ਕ੍ਰਿਟਿਸਾਈਜ਼ ਨੂੰ ਵੀ ਆਪਣਾ ਪਾਵਰ ਬਣਾ ਲਓ ਜੇ ਤੁਹਾਨੂੰ ਕ੍ਰਿਟਿਸਾਈਜ਼ ਵੀ ਕੋਈ ਕਰ ਰਿਹਾ ਉਸ ਚੀਜ਼ ਨੂੰ ਵੀ ਆਪਣੀ ਪਾਵਰ ਬਣਾ ਲਓ ਤਾਂ ਮੈਂ ਦੇਖਿਆ ਮੇਰੀ ਕਾਫੀ ਫਰੈਂਡਸ ਨੇ ਜਿਹੜੀਆਂ ਨਵੇਂ-ਨਵੇਂ ਸੋਸ਼ਲ ਮੀਡੀਆ ਤੇ ਆਂਦੇ ਉਹ ਰੋਂਦੀਆਂ ਨੇ ਮੇਰਾ ਵੀ ਟਾਈਮ ਸੀ ਇੱਕ ਵਾਰੀ ਮੈਂ 2 ਦਿਨ ਲਈ ਫੋਨ ਆਫ ਕਰਤਾ ਸੀ ਮੇਰੀ ਵੀਡੀਓਜ਼ ਵਾਇਰਲ ਹੋ ਗਿਆ ਸੀ ਕੁਝ ਮਤਲਬ ਇਨ ਅ ਗੁੱਡ ਵੇ ਬਟ ਮੈਂ ਉਹ ਚੀਜ਼ ਮੈਂ ਮੈਨੂੰ ਲੱਗਾ ਕਿ ਮੈਂ ਮੇਰੀ ਲਾਈਫ ਸਫੋਕੀਟ ਨਾ ਹੋਵੇ ਮੈਂ ਫੇਮ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੀ ਮੈਨੂੰ ਲੱਗਦਾ ਹੁਣ ਜੇ ਇਹ ਪਾਸੇ ਤੋਂ ਦੇਖੀ ਆਪਾਂ ਜਦੋਂ ਤੁਸੀਂ ਮੋٹے ਸੀ ਉਦੋਂ ਵੀ ਤੁਹਾਨੂੰ ਲੋਕ ਕਮੈਂਟ ਕਰਦੇ ਹੌਣੇ ਜਿਵੇਂ ਆਮ ਕਰਕੇ ਜਿਵੇਂ ਕਈਏ ਕਿ ਮੋٹے ਬੰਦਿਆਂ ਨੂੰ ਛੇੜਦੇ ਰਹਿੰਦੇ ਨੇ ਲੋਕ ਪਰ ਜਦੋਂ ਹੁਣ ਤੁਸੀਂ ਫਿਟ ਹੋ ਐਨ ਤੇ ਆਖਰਕਾਰ ਲੋਕ ਸਪੈਸ਼ਲੀ ਦੇਖਦੇ ਨੇ ਵੀ ਹੁਣ ਕਮੈਂਟਿੰਗ ਦਾ ਕੀ ਨਜ਼ਰੀਆ ਹੈਗੀ ਆਖਰਕਾਰ ਮੁੰਡੇ ਕਰਦੇ ਨੇ ਕਮੈਂਟ ਮੈਨੂੰ ਲੱਗਦਾ ਕਿ ਹੁਣ ਉਹ ਸੋਚਦੇ ਕਿ ਬੋਸ ਜ਼ਿਆਦਾ ਗਿਲ ਨਿਕਲ ਚੁੱਕੀ ਆਪਾਂ ਨੇੜੇ ਤੜੇ ਨਹੀਂ ਲੱਗ ਸਕਦੇ ਬਟ ਮੈਨੂੰ ਲੱਗਦਾ ਕਿ ਅਪਰੀਸ਼ੀਏਟ ਕਰਦੇ ਮੇਰਾ ਫਰੈਂਡ ਸਰਕਲ ਸਾਰਾ ਬਹੁਤ ਰਿਸਪੈਕਟ ਕਰਦੇ ਮੇਰੀ ਮੇਰੀ ਐਪਰੀਸੀਏਸ਼ਨ ਹੈ ਮੇਰੇ ਸਾਰੇ ਜ਼ਿਆਦਾਤਰ ਫਰੈਂਡਸ ਬਾਹਰ ਜਾ ਚੁੱਕੇ ਨੇ ਛੋਟੇ ਹੁੰਦੇ ਤੋਂ ਵੀ ਤੇ ਉਹਨਾਂ ਦੇ ਮੈਸੇजेस ਆਉਂਦੇ ਆ ਕਿ ਆਪਾਂ ਹਨਾ ਬ੍ਰੈਗ ਕਰਦੇ ਆ ਕਿ ਸਾਡੀ ਫਰੈਂਡ ਹੈ ਇਹ ਉਹ ਤੇ ਮਤਲਬ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਬਾਕੀ ਰਹੀ ਗੱਲ ਲੋਕਾਂ ਦੇ ਨਜ਼ਰੀਏ ਦੇ ਉਹ ਚੀਜ਼ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਆਪਾਂ ਸਿਰਫ ਆਪਣੇ ਰਿਐਕਸ਼ਨ ਕੰਟਰੋਲ ਕਰ ਸਕਦੇ ਆ ਮੈਨੂੰ ਲੱਗਦਾ ਤੁਹਾਨੂੰ ਦੇਖ ਕੇ ਵੀ ਬਹੁਤ ਕੁੜੀਆਂ ਪੁੱਛਦੀਆਂ ਹੋਣੀਆਂ ਵੀ ਕਿਵੇਂ ਐਸੀ ਕਿਵੇਂ ਬਣੀ ਹੈ ਜਾਂ ਐਸੀ ਕਿਵੇਂ ਕਰ ਸਕਦੇ ਆ ਕਿਉਂਕਿ ਫਿਰ ਬੰਦਾ ਜਿਹੜਾ ਇੱਕ ਜਿਵੇਂ ਕਹਿੰਦੇ ਆ ਆਈਕਨ ਟਾਈਪ ਹੋ ਜਾਂਦਾ ਤਾਂ ਉਹ ਤੋਂ ਐਡਵਾਈਸ ਹਾਂਜੀ ਬਿਲਕੁਲ ਪੁੱਛਦੇ ਨੇ ਤੇ ਮੈਂ ਵੀ ਬਹੁਤ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹਾਂ ਮੈਨੂੰ ਹੁੰਦਾ ਕਿ ਕਈ ਵਾਰੀ ਮੈਂ ਆਪਣੀ ਮਰਜ਼ੀ ਨਾਲ ਵੀ ਮੇਰਾ ਮਨ ਹੁੰਦਾ ਮੈਂ ਦੱਸਾਂ ਜਾ ਕੇ ਬਟ ਮੈਨੂੰ ਕਈ ਵਾਰੀ ਲੱਗਦਾ ਕਿ ਮੈਨੂੰ ਅਗਲਾ ਅਫੈਂਡ ਨਾ ਹੋ ਜਾਏ ਤੇ ਬਾਕੀ ਮੈਂ ਟ੍ਰੇਨਿੰਗ ਵਗੈਰਾ ਦਿੰਦੀ ਆ ਮੇਰਾ ਮੇਨ ਮੇਨ ਟਾਰਗੇਟ ਮੇਰਾ ਉਹਨਾਂ ਦਾ ਕੌਨਫੀਡੈਂਸ ਬੂਸਟ ਕਰਨਾ ਹੁੰਦਾ ਹੈ ਕਿਉਂਕਿ ਫਸਟ ਆਫ ਅਲ ਤੁਹਾਨੂੰ ਕੌਨਫੀਡੈਂਟ ਹੋਣਾ ਬਹੁਤ ਜ਼ਰੂਰੀ ਹੈ ਕਿ ਰੱਬ ਨੇ ਤੁਹਾਨੂੰ ਜਿਵੇਂ ਬਣਾਇਆ ਪਹਿਲਾਂ ਉਹ ਵਲੀ ਸਕਿਨ ਚ ਕੰਫਰਟੇਬਲ ਹੋਵ ਕੌਨਫੀਡੈਂਟ ਹੋਵ ਦੈਨ ਓਨਲੀ ਤੁਸੀਂ ਕੁਝ ਕਰ ਪਾਓਗੇ ਜ਼ਿੰਦਗੀ ਚ ਤੇ ਇਹੀ ਚੀਜ਼ ਮੈਂ ਆਪਣੀ ਲਾਈਫ ਚ ਅਪਲਾਈ ਕੀਤੀ ਹੈ ਕਿ ਤੁਸੀਂ ਹਰ ਚੈਲੰਜ ਲਈ ਹਮੇਸ਼ਾ ਕੌਨਫੀਡੈਂਟਲੀ ਰੈਡੀ ਰਹੋ ਕਿ ਵੀਲ ਫਾਈਟ ਬੈਕ ਫਾਰ ਥਿਸ ਸੇ ਉਹੀ ਚੀਜ਼ ਮੈਂ ਆਪਣੀ ਫੈਮਿਲੀ ਚੋਂ ਸਿੱਖਿਆ ਲਾਸਟ ਮੈਂ ਮੇਰਾ ਸਵਾਲ ਕੋਈ ਦੰਦ ਠੀਕ ਕਰਾਉਂਦੇ ਕਰਾਉਂਦੇ ਵੀ ਕੋਈ ਪਛਾਣ ਲਾਂਦੇ ਨੇ ਹਾਂਜੀ ਕਈ ਪੇਸ਼ੈਂਟ ਜਾਂਦੇ ਨੇ ਇੰਸਟਾਗ੍ਰam ਤੋਂ ਆਂਦੇ ਨੇ ਤੇ ਕਹਿੰਦੇ ਡਾਕਟਰ ਸਾਹਿਬ ਤੁਹਾਡੇ ਤੋਂ ਹੀ ਕਰਾਣਾ ਹੈ ਕੋਈ ਕੁਝ ਹੁਣੇ ਜਦੋਂ ਸਾਲ ਕੁ ਪਹਿਲਾਂ 2022 ਦੀ ਗੱਲ ਹੈ ਕੋਵਿਡ ਹੋ ਗਿਆ ਸੀ ਮੈਨੂੰ ਕਲੀਨਿਕ ਤੋਂ ਹੀ ਤੇ ਬਹੁਤ ਬੁਰਾ ਹਾਲ ਸੀ એનર્ਜੀ ਲੈਵਲ ਕੋਵਿਡ ਨੇ ਇੰਨੇ ਜ਼ਿਆਦਾ 3-4 ਮਹੀਨੇ ਰਿਕਵਰੀ ਤੇ ਲੱਗੇ ਵਰਕਆਊਟ ਨਹੀਂ ਹੁੰਦਾ ਸੀ ਬਟ ਇਹ ਕਿ ਡਾਈਟ ਵਧੀਆ ਹੋਣ ਕਰਕੇ ਇੰਨਾ ਜ਼ਿਆਦਾ ਡੈਮੇਜ ਨਹੀਂ ਹੋਇਆ ਬਾਡੀ 'ਚ ਤੇ ਇਹ ਹੀ ਫਾਇਦਾ ਹੈ ਕਿ ਜਦੋਂ ਤੁਸੀਂ ਬੋਡੀ ਹੈਲਥ ਵਗੈਰਾ ਵਧੀਆ ਰੱਖਦੇ ਹੋ ਨਾ ਤੁਹਾਨੂੰ ਬਿਮਾਰੀ ਲੱਗਦੀ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕੁਝ ਹੋਇਆ ਮੈਨੂੰ ਸਿਰ ਬੁਖਾਰ ਵਾਂਗੂ ਫੀਲ ਹੋਇਆ ਸੀ ਡੋਜ਼ਿਸ ਲੱਗੀਆਂ ਹੋਈਆਂ ਸੀ ਤੇ ਇੱਕ ਪੇਸ਼ੈਂਟ ਸੀ ਕਿ ਮੈਮ ਤੁਹਾਡੇ ਤੋਂ ਹੀ ਘਰਾਨਾ ਹੈ ਤੇ ਮੈਂ ਕਰਦੇ ਕਰਦੇ ਮੈਨੂੰ ਚੱਕਰ ਆ ਗਿਆ ਮੈਂ ਕਿਹਾ ਵੀਰੇ ਮਾਫ ਕਰ ਅੱਜ ਨਹੀਂ ਹੋਣਾ ਫਿਰ ਉਸ ਤੋਂ ਬਾਅਦ ਮੇਨ ਲਵੇ ਹੀ ਹੈ ਕਿ ਮਤਲਬ ਐਨੀ ਕੁ ਮਾਰਕੀਟ ਵੈਲਿਊ ਹੋਣੀ ਚਾਹੀਦੀ ਹੈ ਤੁਹਾਡੀ ਕਿ ਤੁਹਾਡਾ ਡਾਕਟਰੀ ਤੇ ਵੀ ਇੰਨਾ ਕੁ ਨਾਮ ਮੇਰਾ ਹੋਵੇ ਮੇਰਾ ਮੇਨ ਫੋਕਸ ਉਹ ਵੀ ਹੈ ਕਿ ਮੈਂ ਆਪਣੀ ਫੀਲਡ ਤੇ ਵੀ ਉਹਨਾ ਵਧੀਆ ਕਰਨਾ ਜਿੰਨਾ ਮੈਂ ਬੋਡੀ ਬਿਲਡਿੰਗ ਚ ਕਰ ਰਿਹਾ ਕਿਉਂਕਿ ਤੁਸੀਂ ਜਦੋਂ ਤੁਸੀਂ ਕੰਪੀਟੀਸ਼ਨ ਦੀ ਤਿਆਰੀ ਕਰਦੇ ਹੋ ਨਾ ਤੁਸੀਂ ਲਾਈਫ ਤੇ ਇੱਕ ਫੋਕਸ ਲੱਗੇ ਆ ਜਾਂਦੇ ਹੋ ਤੁਹਾਨੂੰ ਲੱਗਦਾ ਕਿ 100% ਡਿਵੋਸ਼ਨ ਤੁਹਾਡੀ ਸਾਰੀ ਇਸ ਇੱਕ ਫੋਕਸ ਤੇ ਇੱਕ ਗੋਲ ਹੁੰਦਾ ਨਾ ਤੁਹਾਡੇ ਕੋਲ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਨਾਲੇ ਰੱਬ ਦੇ ਭਰੋਸਾ ਕਰਕੇ ਬਸ ਲੱਗ ਜਾਓ 100% ਆਪਣਾ ਦਿਓ ਕੋਈ ਵੀ ਚੀਜ਼ ਹੋਵੇ ਉਹਦਾ ਰਿਜ਼ਲਟ ਤੁਹਾਨੂੰ ਹਮੇਸ਼ਾ ਮਿਲਦਾ ਬਹੁਤ ਵਧੀਆ ਹੁੰਦਾ ਹੀ ਹੈ ਖੈਰ ਅੱਜ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਮਨਦੀਪ ਦੇ ਨਾਲ ਗੱਲਾਂ ਕਰੀਆਂ ਤਾਂ ਨਾਲ-ਨਾਲ ਇਹ ਵੀ ਹੈ ਕਿ ਆਖਰਕਾਰ ਤੁਸੀਂ ਜਦੋਂ ਕੋਈ ਚੀਜ਼ ਸੋਚ ਕੇ ਚੱਲਦੇ ਹੋ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਰਹੀਆਂ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸੋਚ ਜਿਹੜੀ ਬਦਲ ਰਹੀ ਆ ਉਹ ਬਹੁਤ ਐਪਰੀਸ਼ੀਏਟ ਕਰਨ ਵਾਲੀ ਹੈ ਕਿ ਆਖਰਕਾਰ ਜੇ ਇੱਕ ਡਾਕਟਰ ਇੱਕ ਡਾਈਟੀਸ਼ਨ ਆ ਇਸ ਤਰ੍ਹਾਂ ਦੇ ਨਾਲ ਆਪਦੀ ਬਾਡੀ ਬਿਲਡਿੰਗ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਨਾਲ ਨਾਮ ਬਣਾਉਂਦੀ ਹੈ ਜਿਸ ਤਰ੍ਹਾਂ ਦੇ ਨਾਲ ਉਹਨੇ ਆਪਣੇ ਪੇਸ਼ੇ ਦੇ ਵਿੱਚ ਬਣਾ ਰਹੀ ਆ ਤਾਂ ਕੁੜੀਆਂ ਦਾ ਆਖਰ ਹਰ ਇੱਕ ਪੜਾਅ ਦੇ ਵਿੱਚ ਅੱਗੇ ਆਉਣ ਦੇ ਵਿੱਚ ਸ਼ਾਇਦ ਇਹੀ ਫੀਲਡ ਜ਼ਿਆਦਾ ਰਹਿੰਦਾ ਸੀਗਾ ਜਿਹਦੇ ਵਿੱਚ ਹੁਣ ਹੌਲੀ-ਹੌਲੀ ਉੱਪਰ ਕੇ ਕੁਝ ਤਾਂ ਬੰਦੀਪ ਓਵਰਾ ਨੂੰ ਦੇਖ ਕੇ ਜਾਂ ਕੁਝ ਆਪਣੇ ਤੌਰ ਤੇ ਵੀ ਜਿਹੜੀ ਕੁੜੀਆਂ ਆ ਰਹੀਆਂ ਨੇ ਉਹ ਆਖਰ ਆਪਦੀ ਬਾਡੀ ਨੂੰ ਫਿੱਟ ਕਰ ਰਹੀਆਂ ਤੇ ਨਾਲ ਨਾਲ ਇਹ ਵੀ ਹੈ ਕਿ ਆਖਰਕਾਰ ਇਸ ਕਾਬਿਲ ਹੋ ਗਈਆਂ ਨੇ ਕਿ ਮੁੰਡੇ ਵੀ ਕਹਿੰਦੇ ਕਿ ਕਿਤੇ ਨਾ ਕਿਤੇ ਸ਼ਰਮ ਕਰਦੇ ਨੇ ਕਿ ਯਾਰ ਇਹਦਾ ਸਰੀਰ ਜਿਆਦਾ ਅੱਛਾ ਤੇ ਮੇਰਾ ਨਹੀਂ ਹੈਗਾ ਵੀਡੀਓ ਜਰਨਲਿਸਟ ਹਮਨਦੇ ਨਾਲ ਮਿਸਿੰਗ ਰੋਜਾਨਾ ਸ